ਅਕੋਰਡੀਆਂ ਵਾਲੇ ਕਲੀਰੇ ਦੇਖ ਸਕਦੇ ਹੋ, ਇਹ ਅੱਜ ਕੱਲ੍ਹ ਬਹੁਤ ਟ੍ਰੈਂਡ ਦੇ ਵਿੱਚ ਹੈ। ਤੈਨੂੰ ਮਾਈਆਂ ਦਾ ਸੈੱਟ ਕਹਿ ਕੇ ਅੱਜ ਕੱਲ੍ਹ ਬਾਜ਼ਾਰ 'ਚ ਵਿਕ ਰਿਹਾ ਚੱਲ ਰਿਹਾ, ਅਤੇ ਇਹਦੇ ਵਿੱਚ ਕਿਹੜੀ ਰਾਗ ਨੂੰ ਅਲੱਗ ਅਲੱਗ ਚੀਜ਼ ਲੈਣ ਦੀ ਲੋੜ ਨਹੀਂ, ਲੋੜ ਨਹੀਂ ਪੈਂਦੀ, ਇੱਕੋ ਹੀ ਸੈੱਟ ਸਾਰਾ ਕਵਰ ਕਰ। ਸ਼ਗਨਾਂ ਦੇ ਲਿਫਾਫੇ ਆ ਦੇਖੋ ਜੀ, ਇਸੇ ਨਾਲ ਫੁਲਕਾਰੀ ਵਾਲੇ ਕਿੰਨੇ ਠੀਕ ਹੈ। ਦੇਖੋ ਸਾਊਂਡ ਵਾਲੀ ਸਾਰੀ ਚਿੱਠੀ ਤੁਸੀਂ ਦੇਖ ਸਕਦੇ ਹੋ। ਇਹ ਆ ਗਿਆ ਆਪਣਾ ਰਾਜਵਾਰਾ ਸਟਾਈਲ ਚੂੜਾ, ਰਾਜਸਥਾਨੀ ਚੂੜਾ ਵੀ ਇਹਨੂੰ ਕਹਿ ਦਿੰਦੇ ਆ। ਇਹ ਹੈਗਾ ਸਿੰਪਲ ਚੂੜਾ ਅਤੇ ਇਹਦੇ ਵਿੱਚ ਕੜੇ ਆਪਾਂ ਐਡਜਸਟ ਕਰ ਸਕਦੇ ਹਾਂ ਜਿੱਦਾਂ ਮਰਜ਼ੀ। ਸਾਰੇ ਆਪਾਂ ਨੂੰ ਹੋਲਸੇਲ ਪ੍ਰਾਈਸਿਸ ਦੇ ਉੱਤੇ ਅਵੇਲੇਬਲ ਹੋਣਗੇ। ਇਹ ਹੈਗੇ ਆ ਜੀ ਸੂਟ ਪੈਕ ਕਰਨ ਵਾਲੇ ਲਿਫਾਫੇ, ਆਪਣੇ ਇਨਲੋਜ਼ ਨੂੰ, ਪੇਕਿਆਂ ਨੂੰ, ਜੋ ਵੀ ਆਪਾਂ ਸੂਟ ਗਿਫਟ ਕਰਨੇ ਆ। ਅੱਜ ਕੱਲ੍ਹ ਬਹੁਤ ਸੋਹਣੇ ਸੋਹਣੇ ਲਿਫਾਫੇ ਆਏ ਹੋਏ ਨੇ। ਚੌਂਕੀਆਂ ਵੈਸੇ ਤਾਂ ਅੱਡ ਅੱਡ ਤਰ੍ਹਾਂ ਦੀਆਂ ਆਉਂਦੀਆਂ, ਪਰ ਇਹ ਬੜੀ ਪਿਆਰੀ ਚੌਂਕੀ, ਇਹਦੇ ਉੱਪਰ ਮੀਨਾਕਾਰੀ ਦਾ ਕੰਮ ਕੀਤਾ ਹੋਇਆ। ਕਿੰਨੀਆਂ ਡੈਕੋਰੇਟਿਵ ਅਤੇ ਸੋਹਣੀਆਂ ਟਰੇਜ਼ ਆਈਆਂ। ਆਹ ਦੇਖੋ, ਅੱਗੇ ਆਪਾਂ ਘਾਹ ਵੀ ਅਸਲੀ ਦਾ ਲੈਂਦੇ ਹਾਂ ਅਤੇ ਇਸ ਵਾਰ ਉਹ ਵੀ ਵਿੱਚ ਮਹਾਰਾਜਾ ਪਟਿਆਲਾ ਨੇ ਵੀ ਵਿਆਹ 'ਤੇ ਆਹੀ ਸਿਹਰਾ ਬੰਨਿਆ ਸੀ। ਸੋ ਇੱਦਾਂ ਦੇਖੋ ਲਾੜੇ ਲਈ ਤਿਆਰ ਹੋ ਕੇ ਆਇਆ ਇੰਗੇਜਮੈਂਟ ਟਰੇ, ਕਿੰਨੀ ਸੋਹਣੀ ਡੈਕੋਰੇਟ ਕੀਤੀ ਹੋਈ ਹੈ। ਇਹਦੇ ਵਿੱਚ ਬ੍ਰਾਈਡ ਦੀ ਰਿੰਗ, ਇਹਦੇ ਵਿੱਚ ਗਰੂਮ ਦੀ ਰਿੰਗ। ਕੱਲ੍ਹ ਜੀ ਸਾਰਿਆਂ ਨੂੰ ਹੈਪੀ ਫੈਸਟਿਵ ਸੀਜ਼ਨ, ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਸੋ ਜਿੱਦਾਂ ਕਿ ਪਿਛਲੀ ਵੀਡੀਓ 'ਚ ਤੁਸੀਂ ਦੇਖਿਆ ਹੀ ਹੋਊਗਾ, ਆਪਾਂ ਸ਼ਾਹੀ ਸ਼ਹਿਰ ਪਟਿਆਲੇ ਦਾ ਅਦਾਲਤ ਬਾਜ਼ਾਰ ਕਵਰ ਕੀਤਾ ਸੀ ਅਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਚੂੜਾ ਬਾਜ਼ਾਰ। ਮੇਰਾ ਚੂੜੇ ਵਾਲੀ ਬਾਂਹ ਤੁਹਾਡੇ ਮੋਢੇ ਰੱਖ ਕੇ ਵਿੱਚ ਫੋਟੋਆਂ ਖਿਚਾਉਣ ਨੂੰ ਕਰੇ। ਅੱਜ ਆਪਾਂ ਚੂੜਾ, ਕਲੀਰੇ ਅਤੇ ਵਿਆਹ ਦਾ ਹੋਰ ਜ਼ਰੂਰੀ ਸਮਾਨ ਸਾਰਾ ਕੁਛ ਤੁਹਾਨੂੰ ਐਕਸਪਲੋਰ ਕਰਾਵਾਂਗੇ। ਉਹਦੇ ਪ੍ਰਾਈਸਿਸ, ਐਵਰੀਥਿੰਗ, ਯੂ ਵਿਲ ਗੈਟ ਦ ਡਿਟੇਲਡ ਇਨਫੋਰਮੇਸ਼ਨ, ਜਿੱਦਾਂ ਕਿ ਛੱਜ ਹੋ ਗਿਆ, ਜਾਗੋ ਹੋ ਗਈ, ਕਲੀਰੇ ਹੋ ਗਏ, ਚੂੜਾ ਹੋ ਗਿਆ, ਹਲਦੀ ਦੀ ਪਲੇਟ ਹੋ ਗਈ, ਇਨਵੈਲਪਸ ਹੋ ਗਏ, ਪੈਕਿੰਗ ਟ੍ਰੇਜ਼ ਹੋ ਗਈਆਂ, ਐਂਡ ਮੈਨੀ ਮੋਰ ਥਿੰਗਸ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹ ਸਾਰਾ ਕੁਛ ਕਵਰ ਕਰਾਂਗੇ। ਸ਼ੋਪਿੰਗ ਕਰਨ ਪਹੁੰਚ ਚੁੱਕੇ ਹਾਂ ਜੀ ਆਪਾਂ ਚੂੜਾ ਬਾਜ਼ਾਰ, ਜਿਹੜਾ ਕਿ ਵਿਆਹ ਦੇ ਹਰ ਸਮਾਨ ਲੈਣ ਲਈ ਬਹੁਤ ਹੀ ਫੇਮਸ ਹੈ। 100 ਤੋਂ 150 ਸਾਲ ਪੁਰਾਣਾ ਇਹ ਬਾਜ਼ਾਰ ਚੱਲਦਾ ਆ ਰਿਹਾ ਅਤੇ ਇੱਥੇ ਵਿਆਹ ਦਾ ਆਪਾਂ ਨੂੰ ਹਰ ਤਰ੍ਹਾਂ ਦਾ ਸਮਾਨ ਹੋਲਸੇਲ ਪ੍ਰਾਈਸਿਸ 'ਤੇ ਆਪਾਂ ਨੂੰ ਲੈਣ ਨੂੰ ਮਿਲ ਜਾਣਗੀਆਂ। ਅਤੇ ਤੁਹਾਨੂੰ ਅੱਜ ਅਸੀਂ ਸਾਰੀਆਂ ਵਿਆਹ ਦੀਆਂ ਚੀਜ਼ਾਂ ਇੱਕ ਇੱਕ ਕਰਕੇ ਐਕਸਪਲੋਰ ਕਰਾਵਾਂਗੇ। ਸੋ ਜੀ ਆਪਾਂ ਪਹੁੰਚ ਚੁੱਕੇ ਹਾਂ ਚੂੜਾ ਬਾਜ਼ਾਰ ਦੀ ਬਹੁਤ ਮਸ਼ਹੂਰ ਦੁਕਾਨ ਖੰਨੇ ਦੀ ਹੱਟੀ, ਜਿਹੜੀ ਕਿ 100 ਸਾਲ ਤੋਂ ਜ਼ਿਆਦਾ ਪੁਰਾਣੀ ਐਸਟੈਬਲਿਸ਼ ਸ਼ੋਪ ਹੈ। ਅਸੀਂ ਆਲਮੋਸਟ ਵਿਆਹ ਦੀ ਸਾਰੀ ਸ਼ੋਪਿੰਗ ਇਹਨਾਂ ਤੋਂ ਹੀ ਕੀਤੀ ਹੈ। ਇਹਨਾਂ ਦੇ ਵੀ ਦਾਦੇ ਪੜਦਾਦਿਆਂ ਤੋਂ ਇਹ ਸ਼ੋਪ ਚੱਲਦੀ ਆ ਰਹੀ ਹੈ। ਹੁਣ ਅੱਜ ਨਵੀਂ ਪੀੜ੍ਹੀ ਇਹ ਸ਼ੋਪ ਨੂੰ ਕੰਟੀਨਿਊ ਕਰ ਰਹੀ ਹੈ ਅਤੇ ਤੁਹਾਨੂੰ ਇੱਥੇ ਵਿਆਹ ਦਾ ਸਾਰਾ ਜ਼ਰੂਰੀ ਸਮਾਨ ਹੋਲਸੇਲ ਪ੍ਰਾਈਸ ਦੇ ਉੱਪਰ ਮਿਲੂਗਾ। ਸੋ ਆ ਜਾਓ, ਤੁਹਾਨੂੰ ਐਕਸਪਲੋਰ ਕਰਾਉਂਦੇ ਹਾਂ ਸ਼ੋਪ ਅਤੇ ਇੱਕ ਇੱਕ ਚੀਜ਼ ਵਿਆਹ ਦਾ ਜ਼ਰੂਰੀ ਸਮਾਨ ਕੀ ਆਪਾਂ ਨੂੰ ਮਿਲ ਸਕਦਾ। ਇਹ ਸ਼ੋਪ ਇਹਨਾਂ ਦੀ ਇੱਥੇ ਵਾਲੀ ਸਾਈਡ ਵੀ ਹੈ ਅਤੇ ਚੂੜਾ ਬਾਜ਼ਾਰ ਮੇਨ ਮਾਰਕੀਟ ਦੇ ਵਿੱਚ ਵੀ ਹੈ, ਦੋ ਸਾਈਡ 'ਤੇ ਹੈ। ਸੋ ਲੈਟਸ ਐਕਸਪਲੋਰ, ਕਮ। ਸਤਿ ਸ਼੍ਰੀ ਅਕਾਲ ਭਾਅ ਜੀ। ਸੋ ਅੱਜ ਅਸੀਂ ਆਏ ਹਾਂ ਵਿਆਹ ਦਾ ਜ਼ਰੂਰੀ ਸਮਾਨ ਐਕਸਪਲੋਰ ਕਰਨ। ਸਾਨੂੰ ਪਲੀਜ਼ ਇੱਕ ਇੱਕ ਚੀਜ਼ ਦੇ ਉੱਤੇ ਚਾਨਣਾ ਪਾਓ, ਛੱਜ, ਫੀੜੀ ਅਤੇ ਹੋਰ ਤੇ। ਸਾਡੇ ਕੋਲ ਪੂਰਾ ਹੀ ਪੰਜਾਬੀ ਰਵਾਇਤੀ ਸਮਾਨ ਸਾਰਾ ਮਿਲ ਜੂਗਾ, ਠੀਕ ਹੈ। ਬਸ ਰਿਵਾਜ਼ ਹੋਈ ਹੈ ਉਹਨੂੰ ਅੱਜ ਕੱਲ੍ਹ ਪੇਸ਼ ਕਰਨ ਦਾ ਅੰਦਾਜ਼ ਬਦਲ ਗਿਆ। ਛੱਜ ਹੋਈ ਹੈ, ਸਾਰਾ ਕੁਛ ਇਸ 'ਚ ਬਸ ਡੈਕੋਰੇਸ਼ਨ ਹੋ ਗਈ ਹੈ, ਸਾਰਾ ਐਮਬਰੋਇਡਰੀ ਵਰਕ ਹੋ ਗਿਆ ਅਤੇ ਜਿੰਨਾ ਵੀ ਜਿਹੜਾ ਸਾਡੇ ਕੋਲ ਪਰਮਾਤਮਾ ਦੀ ਕਿਰਪਾ ਜਿੰਨਾ ਵੀ ਸਮਾਨ ਪਿਆ ਸਾਰਾ ਪਟਿਆਲਾ ਬਣਿਆ ਹੋਇਆ। ਕੋਈ ਵੀ ਚਾਈਨੀਜ਼ ਪ੍ਰੋਡਕਟ ਅਸੀਂ ਯੂਜ਼ ਨਹੀਂ ਕਰਦੇ, ਸਾਰਾ ਆਪਣੇ ਅੰਦਰ ਹੀ ਬਣਦਾ ਅਤੇ ਪੰਜਾਬ ਦੇ ਅੰਦਰ ਹੀ ਬਣ। ਬਹੁਤ ਵਧੀਆ, ਬਹੁਤ। ਜਿਵੇਂ ਸਰ ਆਪਣੇ ਪਟਿਆਲੇ ਮੇਨ ਪਰਾਂਦੀਆਂ ਵਾਸਤੇ ਮਸ਼ਹੂਰ ਹੈ ਅਤੇ ਪੁਰਾਣੀਆਂ ਪਰਾਂਦੀਆਂ ਜਿਹੜੇ ਸਾਡੇ ਦਾਦੀ ਪੜਦਾਦੀ ਇਕੱਲਾ ਘਰੇ ਬਣਾਉਂਦੀਆਂ ਸੀ, ਅਸੀਂ ਇਹਨੂੰ ਹੁਣ ਫਿਰ ਵਾਪਸ ਬੈਕ ਇਨ ਫੈਸ਼ਨ ਦੇ ਦੁਆਰ ਤੋਂ ਸ਼ੁਰੂ ਹੋ ਗਿਆ। ਇਹ ਸਿਰਫ ਆਪਣੇ ਕਸਟਮਰ ਨੇ ਹੀ ਸਾਨੂੰ ਦੁਆਰ ਤੋਂ ਉਹਨਾਂ ਨੇ ਬਣਾਇਆ। ਇਹ ਵੀ ਜੀ ਹੈਂਡਮੇਡ ਹੈ, ਤੁਸੀਂ ਆਪ ਬਣਾ? ਸਾਡੀ ਹਰ ਆਈਟਮ ਟੋਟਲੀ ਹੈਂਡਮੇਡ ਹੈ, ਇਹਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਮਤਲਬ ਸ਼ਿਵੀ ਵਰਕ ਨਹੀਂ ਹੈ। ਇਹ ਘਰ ਦੀ ਦੇਖੋ, ਸਾਡੇ ਘਰ ਸਵੈਟਰ ਬਣਾਉਣੀ ਜਿਹੜੀ ਉਨ ਹੁੰਦੀ ਸੀ, ਉਹਦੀ ਅੱਜ ਕੱਲ੍ਹ ਇਹ ਪਰਾਂਦੀਆਂ ਬਣ ਚੁੱਕੇ, ਬਹੁਤ ਸੋਹਣੀਆਂ ਲੱਗਦੀਆਂ। ਇਹ ਸਿਰਫ ਜਿਹੜੇ ਸਾਡੇ ਕਸਟਮਰ ਹੈ ਉਹਨਾਂ ਨੇ ਸਾਨੂੰ ਦੁਬਾਰ ਤੋਂ ਮੋਟੀਵੇਟ ਕੀਤਾ ਕਿ ਇਹ ਚੀਜ਼ਾਂ ਸਾਨੂੰ ਚਾਹੀਦੀਆਂ ਨੇ। ਪਹਿਲਾਂ ਸਾਡੀ ਦਾਦੀ ਮੰਮਾ ਜਾਂ ਤੁਹਾਡੀ ਦਾਦੀ ਜਾਂ ਘਰ ਹੀ ਬਣਾ ਲੈਂਦੇ ਸੀ, ਪਰ ਹੁਣ ਉਹਨਾਂ ਕੋਲ ਟਾਈਮ ਜਿੱਥੇ ਨਹੀਂ, ਕੁਛ ਲੋਕਾਂ ਨੂੰ ਅੱਜ ਕੱਲ੍ਹ ਲਾਈਫ ਸਟਾਈਲ ਇਹੋ ਜਿਹਾ ਹੋ ਗਿਆ ਕਿ ਉਹ ਬਿਜ਼ੀ ਬੜੇ ਨੇ। ਕਹਿੰਦੇ ਪਿਆਰ ਤੇ ਰੱਬ ਦਾ ਰੂਪ ਹੁੰਦਾ, ਜੋ ਬਣਾ ਦੇ ਉਹ ਡਿਮਾਂਡ ਕਰੂਗਾ ਆਪਾਂ ਨੂੰ ਦੇਣਾ ਹੀ ਪੈਂਦਾ। ਹੁਣ ਇਹ ਗਾਹਕ ਦੇ ਇਹੀ ਕਰਕੇ ਭਾਅ ਜੀ ਹੁਣ ਲੱਡੂ ਵਾਲੀ ਬਣਾਉਂਦੀਆਂ ਵਾਪਸ ਇਹ ਫੈਸ਼ਨ 'ਚ ਆ ਗਈਆਂ ਨੇ। ਇਹ ਸਮਝੋ 100 ਸਾਲ ਪਹਿਲਾਂ ਵਾਲਾ ਕਲਚਰ ਦੁਬਾਰ ਤੋਂ ਕਹਿੰਦੇ ਨੇ ਇੱਕ ਸਦੀ ਦੁਬਾਰ ਤੋਂ ਰਿਪੀਟ ਕਰਦੀ ਹੈ, ਇਹ ਉਸੇ ਤਰ੍ਹਾਂ ਇੱਕ ਸਦੀ ਦੁਬਾਰ ਤੋਂ ਰਿਪੀਟ ਕਰ ਰਹੀ ਹੈ। ਕਿਸੇ ਟਾਈਮ ਸਾਡੇ ਦਾਦਾ ਜੀ ਪੜਦਾਦਾ ਜੀ ਨੇ ਬਣਾ ਬਣਾ ਕੇ ਵੇਚਿਆ ਸੀ, ਉਸ ਟਾਈਮ ਉਹ ਰੇਸ਼ਮ ਦੀਆਂ ਆਉਂਦੀਆਂ ਸੀ ਅਤੇ ਹੁਣ ਗੂਲ 'ਚ ਆ ਗਈਆਂ ਨੇ। ਇਹ ਸਾਰੀਆਂ ਲੱਡੂ ਵਾਲੀ ਪਰਾਂਦੀਆਂ ਬੜੀਆਂ ਹਿੱਟ ਚੱਲ ਰਹੀਆਂ, ਕਿੱਡੀਆਂ ਸੋਹਣੀਆਂ ਪਰਾਂਦੀਜ਼ ਹੈ। ਕਾਲੀ ਗੁੱਤ ਤੇ ਪਰਾਂਦਾ ਸੋਹਰੇ ਸੱਜਣਾ ਲਿਆਂਦਾ ਵੇ, ਮੈਂ ਚੁੰਮ ਚੁੰਮ ਰੱਖਦੀ ਸਿਰਾਂ, ਮੈਂ ਪੱਬਾ ਫਾਰ ਨੱਚਦੀ ਤੇਰਾ ਫੈਰ। ਕਿੰਨੀਆਂ ਸੋਹਣੀਆਂ ਪਰਾਂਦੀਆਂ ਅੱਡ ਅੱਡ ਤਰ੍ਹਾਂ ਦੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਵਾਸਤੇ ਸਾਰੀਆਂ ਜਿਹੜੀਆਂ ਚੱਲ ਰਹੀਆਂ ਨੇ ਜੀ।
ਆਪਾਂ ਕਹਿ ਸਕਦੇ ਕਿ ਪੰਜਾਬੀ ਪ੍ਰਾਂਤੀ ਤੇ ਪੰਜਾਬ ਦੀ ਬਣੀ ਹੋਈ, ਪੰਜਾਬ ਦੀ ਚੀਜ਼ਾਂ ਤੋਂ ਸਾਰਾ ਕੁਛ ਮਟੀਰੀਅਲ ਪੰਜਾਬ ਦੇ ਅੰਦਰ ਹੀ ਆ ਰਹੇ, ਕੋਈ ਬਾਹਰੋਂ ਨਹੀਂ ਹੈਗੇ। ਬਾਕੀ ਤੁਹਾਨੂੰ 100 ਸਾਲ ਦਾ ਐਕਸਪੀਰੀਅੰਸ ਵੀ ਹੈਗਾ ਨਾਲ, ਹੈ ਨਾ? ਹਾਂਜੀ ਹਾਂਜੀ ਭਾਅ ਜੀ, ਤੁਹਾਨੂੰ ਮਾਤਾ ਸ਼ੁਕਰ ਹੈ ਸਾਡੇ ਭਾਅ ਜੀ ਜੱਦੀ ਨੇ ਜੀ, ਇਵੇਂ ਸਮਝੋ ਕਿਸੇ ਦੇ ਦਾਦੇ ਦੇ ਮੁੰਡੇ ਅੱਗੇ ਪੋਤੇ ਦੋਤੇ ਤੱਕ ਦਾਦ ਸਾਡੇ ਹੋਈ ਨੇ ਜੀ, ਸੇਮ ਹੋਈ ਜਨਰੇਸ਼ਨ ਚੱਲਦੀ ਰਹਿ ਰਹੀ ਹੈ, ਇੱਕ ਪੀੜ੍ਹੀ ਤੋਂ ਪੀੜ੍ਹੀ ਸਾਡਾ ਕਰ ਰਹੇ ਨੇ। ਅਸੀਂ ਵੀ ਸਾਰੀ ਸ਼ੋਪਿੰਗ ਵਿਆਹ ਦੀ ਆਪਣੀ ਦੀ ਇੱਥੋਂ ਹੀ ਕੀਤੀ ਆ, ਸਾਰੇ ਘਰ ਦੇ ਵਿੱਚ ਜਿੰਨੇ ਵਿਆਹ ਆਏ ਨੇ ਸਾਰੇ ਦੀ ਸ਼ੋਪਿੰਗ ਇੱਥੋਂ ਦਿੱਤੀ। ਥੈਂਕ ਯੂ ਭਾਅ ਜੀ। ਆ ਕੀ ਚੂੜੇ ਜੀ, ਜਿਵੇਂ ਨੇ ਦੇਖੋ ਕੁੜੀ ਦੇ ਵਿਆਹ ਦਾ ਮੇਨ ਜਿਹੜਾ ਵਿਆਹ ਸ਼ੁਰੂ ਹੁੰਦੇ ਜੀ ਗਾਨੇ ਤੋਂ ਜੀ, ਜਿਵੇਂ ਕਹਿੰਦੇ ਨੇ ਗਾਨਾ ਬੰਨਿਆ ਜਾਂਦਾ, ਪਹਿਲਾਂ ਤਾਂ 15 ਦਿਨ ਮਹੀਨਾ ਪਹਿਲਾਂ ਬੰਨ ਦਿੰਦੇ ਸੀ, ਇਹ ਗਾਨੇ ਹੁੰਦੇ ਜੀ, ਇਹ ਕੁੜੀ ਦੇ ਹੱਥ 'ਤੇ ਬੰਨਿਆ ਜਾਂਦਾ, ਮੁੰਡੇ ਦੇ ਵੀ ਰਿਵਾਜ਼ ਸਾਰੇ ਦੋਨਾਂ ਦੇ ਬਰਾਬਰ ਚੱਲਦੇ ਨੇ, ਅਦਰ ਕੁੜੀ ਵਾਲੀ ਸਾਈਡ ਮਤਲਬ ਚੂੜਾ ਕਲੇੜਾ ਆ ਜਾਂਦਾ, ਮੁੰਡੇ ਵਾਲੀ ਸਾਈਡ ਸੇਰਾ ਗਲ ਗਿਆ ਜਾਂਦਾ, ਬਾਕੀ ਸਾਰਾ ਸਮਾਨ ਸੇਮ ਰਹਿੰਦਾ। ਅਤੇ ਗਾਹਕ ਅੱਜ ਕੱਲ੍ਹ ਪੂਰੇ ਕਸਟਮਾਈਜ਼ ਚੱਲ ਰਹੇ, ਜਿਵੇਂ ਥੀਮ ਬੇਸ ਫੈਮਿਲੀ ਚੱਲ ਰਹੀ ਹੈ, ਥੀਮ ਕਰਦੇ ਕੋਈ ਰੈਡ ਰੰਗ ਦਾ ਥੀਮ 'ਚ ਚੱਲਦਾ, ਕੋਈ ਰਾਣੀ ਚੱਲਦਾ, ਕਲਰ ਬੜੇ ਚੱਲਣ ਲੱਗ ਗਏ ਜੀ, ਪਹਿਲਾਂ ਤਾਂ ਲਾਲ ਹੀ ਚੱਲਦਾ ਸੀ, ਹੁਣ ਤਾਂ ਜਿਵੇਂ ਡਰੈਸ ਸਭ ਕੁਝ ਡਰੈਸ ਕੋਡ ਦੇ ਮੁਤਾਬਿਕ ਵਿਆਹ ਹੋਣ ਲੱਗ ਗਏ ਨੇ, ਕਿਉਂਕਿ ਪੰਜਾਬੀਆਂ ਦੇ ਵਿਆਹ ਤਾਂ ਪਹਿਲੇ ਵੀ ਮਸ਼ਹੂਰ ਸੀ, ਹੁਣ ਪੰਜਾਬੀਆਂ ਨੇ ਹੋਰ ਵਧੀਆ ਕਰਤੇ ਨੇ, ਵਧੀਆ ਮੈਚਿੰਗ ਕਰਕੇ ਕਰਦੇ ਨੇ ਸਾਰੇ। ਇਕੱਲੇ ਪੰਜਾਬੀ ਹੁਣ ਖਾਣੇ ਪੀਣੇ 'ਤੇ ਨਹੀਂ ਪੈਸੇ ਖਰਚ ਰਹੇ ਜੀ, ਹੁਣ ਸਾਡੇ ਵੀ ਮਤਲਬ ਪ੍ਰੋਪਰ ਉਹ ਸਿਸਟਮ ਨਾਲ ਚਲਵਾ ਰਹੇ ਨੇ, ਅਤੇ ਸਾਡੇ ਕੋਲ ਸਾਰਾ ਸੀ ਹੋਲਸੇਲ ਰੇਟ 'ਤੇ ਸਹੀ ਰੇਟਾਂ 'ਤੇ ਮਿਲੂਗਾ ਜੀ। ਬ੍ਰਾਈਡ ਦਾ ਕੰਮ ਇਹ ਵਿਆਹ ਵਾਲੀ ਕੁੜੀ ਦੇ ਜਿਹੜਾ ਮੁੰਡੇ ਦੇ, ਇਹ ਦੋਨਾਂ ਦੇ ਸੇਮ ਗਾਨਾ ਬੰਨੇ ਜਾਂਦੇ ਨੇ, ਦੇ ਸੇਮ ਇਹ ਬ੍ਰਾਈਡ ਤੇ ਗਰੂਮ ਦਾ ਸੇਮ ਗਾਨਾ, ਮਤਲਬ ਵਿਆਹ ਵਾਲੀ ਵਾਲੀ ਕੁੜੀ ਵਾਸਤੇ ਪੌਟੀਆਂ ਵਾਲਾ ਸੇਮ। ਇਹ ਦੇਖੋ ਇਹ ਕੁਛ ਗਾਨੇ ਪਹਿਲਾਂ ਜਿਵੇਂ ਲੋਕੀ ਘਰੇ ਬਣਾ ਲੈਂਦੇ ਸੀ, ਅਸੀਂ ਸੇਮ ਉਹ ਵੀ ਗਾਨੇ ਹੁਣ ਉਵੇਂ ਇਹ ਰਿਵਾਜ਼ਾਂ ਨਾਲ ਬਣਾ ਰਹੇ ਹਾਂ। ਇਹਦੇ ਵਿੱਚ ਜਿਹੜੇ ਮੇਨ ਦੇਖੇ ਨੇ, ਜੇ ਆਪਾਂ ਸਾਇੰਟੀਫਿਕ ਤਰੀਕੇ 'ਤੇ ਵੀ ਜਾਈਏ, ਤਾਂ ਸਾਰੀ ਚੀਜ਼ਾਂ ਪੋਜ਼ਿਟਿਵਿਟੀ ਦੀ ਹੁੰਦੀਆਂ ਜੀ। ਜਿਹੜਾ ਲੋਹਾ ਜਿਵੇਂ ਗੁਰੂ ਮਹਾਰਾਜ ਦੱਸਿਆ ਆਪਾਂ ਜਿਹੜਾ ਕਰਤਾਰ ਪਾ ਰਹੇ ਉਹ ਲੋਹਾ ਆ ਗਿਆ, ਉਹ ਪੋਜ਼ਿਟਿਵਿਟੀ ਦਿੰਦਾ ਜੀ। ਹਲਦੀ ਹੋ ਗਈ ਇਹਦੇ ਵਿੱਚ, ਉਹ ਵੀ ਪੋਜ਼ਿਟਿਵਿਟੀ ਹੈ। ਕੋਟੀ ਕੁ ਪੈਸਾ ਹੁੰਦਾ, ਪੈਸਾ ਜੇ ਬੰਦੇ ਜੇਬ 'ਚ ਹੁੰਦਾ ਉਹ ਵੈਸੇ ਹੀ ਪੋਜ਼ਿਟਿਵ ਰਹਿੰਦੇ ਜੀ। ਅਤੇ ਸਾਰੇ ਪੁਰਾਣੇ ਚੀਜ਼ਾਂ ਹੀ ਨੇ, ਅਮੋਲੀ ਹੁੰਦੀ ਜਿਹੜੀ ਆਪਾਂ ਹੱਥ 'ਤੇ ਬੰਨਦੇ ਜੀ, ਟੋਟਲੀ ਕੋਟਨ, ਇਹ ਵੀ ਆਪਣੇ ਪੰਜਾਬ ਦੀ ਅੰਦਰ ਹੀ ਬਣੀ ਹੋਈ। ਭਾਜੀ ਨੇ ਬਹੁਤ ਹੀ ਵਧੀਆ ਸਮਝਾਇਆ। ਇਹ ਗਾਨੇ ਹੋ ਗਏ ਭਾਜੀ, ਫਿਰ ਇਸ ਤਰ੍ਹਾਂ ਕੁੜੀ ਦੇ ਜਿਵੇਂ ਗਾਨਾ ਬੰਨਿਆ ਜਾਂਦਾ, ਬੰਨ ਲੱਗ ਗਿਆ, ਠੀਕ ਹੈ। ਅੱਜ ਕੱਲ੍ਹ ਦਾ ਜਿਵੇਂ ਟਾਈਮ ਨਹੀਂ ਹੈਗਾ ਮੁਤਾਬਿਕ ਉਸ ਹਿਸਾਬ ਜੋ ਫੰਕਸ਼ਨ ਬੈਠਦਾ ਤਾਂ ਗਾਨੇ ਦੇ, ਹੁਣ ਅਸੀਂ ਅੱਜ ਕੱਲ੍ਹ ਇਹਨੂੰ ਹਲਦੀ ਦਾ ਫੰਕਸ਼ਨ ਵੀ ਅੱਜ ਕੱਲ੍ਹ ਪੂਰਾ ਸੈਲੀਬ੍ਰੇਟ ਕਰਨ ਲੱਗ ਗਏ ਜੀ। ਤਾਂ ਸਾਡੇ ਕੋਲ ਗਾਨੇ ਵਿੱਚ ਗਾਨੇ ਮਿਲਣਗੇ, ਸਾਰੇ ਜਿਹੜੇ ਆਪਣੇ ਰਿਸ਼ਤੇਦਾਰ ਆਏ ਆ, ਭੈਣਾਂ ਭਾਬੀਆਂ ਬੱਚੇ, ਉਹਨਾਂ ਦੇ ਮੰਨਣ ਲਈ ਇਸ ਤਰ੍ਹਾਂ ਦੇ ਗਾਨੇ ਹੁੰਦੇ ਆ। ਇਹ 'ਚ ਵੀ ਪੂਰੀ ਰੇਂਜ ਮਿਲੂਗੀ, 100 ਤੋਂ 150 ਡਿਜ਼ਾਇਨ ਆਪਣੇ ਕੋਲ ਹਰ ਵੇਲੇ ਆ ਜਾ ਰਹੇ ਜੀ। ਅੱਛਾ, ਕਈ ਆ ਸਿੰਪਲ ਮੋਲੀ ਵੀ ਲੈ ਲੈਂਦੇ, ਕੋਈ ਨਹੀਂ ਜਿਵੇਂ ਬਜ਼ੁਰਗ ਬੰਨਣਾ ਪਸੰਦ ਕਰਦੇ ਤਾਂ ਟੋਟਮੀ ਕੋਟਨ ਦੀ ਮੋਲੀ ਸ਼ਗਨਾਂ ਦੀ ਹੁੰਦੀ ਹੈ, ਇਹ ਮਿਲ ਜਾਂਦੀ ਹੈ ਸਾਡੇ ਕੋਲ ਜੀ। ਇਹ ਮਤਲਬ ਆਪਣਾ ਮਾਈਆਂ ਦਾ ਪੂਰਾ ਜਿਹੜਾ ਮਤਲਬ ਪੱਟਣ ਦੀ ਰਸਮ ਦਾ ਰਿਵਾਜ਼ ਪੂਰੇ ਹੋਏ ਜੀ। ਵਿਆਹ ਦੇ ਵਿੱਚ ਛੋਟੇ ਛੋਟੇ ਰਿਵਾਜ਼ ਕਰਕੇ ਹੀ, ਹੈ ਨਾ, ਸਪੈਸ਼ਲ ਬਣਦਾ। ਭਾਜੀ ਇਹ ਛੋਟੇ ਰਿਵਾਜ਼ ਨੇ ਹੀ ਆਪਣੀ ਮੇਨ ਅਹਿਮੀਅਤ ਹੈ ਜੀ, ਜਿਹੜੇ ਆਪਣੇ ਮੇਨ ਕਲਚਰ ਨੂੰ ਜੋੜਦੇ ਨੇ ਆਪਣੇ ਪੰਜਾਬੀ 'ਚ ਹੀ। ਆਪ ਕੋਟੀਆਂ ਵਾਲੇ ਕੜੇ ਦੇਖ ਸਕਦੇ ਹੋ ਕਿੰਨੇ ਸੋਹਣੇ ਆ, ਸਾਰੇ ਕੋਟੀਆਂ ਹੀ ਲਾ ਲਾ ਕੇ ਕਾਰੀਗਰ ਬਹੁਤ ਮਿਹਨਤ ਕਰੇ ਜੀ, ਅਤੇ ਗਾਹਕ ਮੁੱਲ ਵੀ ਪਾ ਰਿਹਾ, ਕਦਰ ਵੀ ਕਰ ਰਹੇ ਲੋਕ। ਇਹ ਟ੍ਰੈਡੀਸ਼ਨਲ ਪੱਤੀ ਵਾਲੇ ਗਿਣੇ ਆ, ਇਹ ਜਿਵੇਂ ਪੱਤੀਆਂ ਦੇ ਸਾਰੇ ਆਪਣੇ ਉਰੇ ਲੋਕਲੀ ਮੇਡ ਹੁੰਦੇ ਜੀ, ਸਭ ਅੰਦਰ ਹੀ ਵਰ ਰਹੇ ਸਾਡੇ, ਪੱਤੀਆਂ ਝਾੜਨ ਦਾ ਰਿਵਾਜ਼ ਹੁੰਦਾ ਜੀ, ਕਿਉਂਕਿ ਮੇਨ ਖੋਪੇ ਵਾਲੇ ਕਲੀੜੇ ਵੀ ਚੱਲ ਰਹੇ, ਨਾਰੀਅਲ ਉਹ ਵੀ ਸਾਡੇ ਕੋਲ ਮਿਲ ਜਾਣ। ਕੋਡੀਆਂ ਵਾਲੇ ਕਲੀੜੇ, ਕੋਡੀਆਂ ਵਾਲੇ ਦਾ ਬਹੁਤ ਰਿਵਾਜ਼ ਹੈ ਇਸ ਵੇਲੇ, ਬਹੁਤ ਸੋਹਣੇ। ਮੈਂ ਲਾਈਟਿੰਗ ਐਡ ਕਿਵੇਂ, ਲਾਈਟ ਵੇਟ ਆ ਭਾਜੀ, ਕੋਈ ਦਿੱਕਤ ਨਹੀਂ ਆਉਂਦੀ, ਕੰਫਰਟੇਬਲ ਰਹਿੰਦਾ ਜਿਹੜਾ ਵੀ ਬੰਦਾ ਬਣਦਾ ਇਸ ਵੇਲੇ। ਕੋਡੀਆਂ ਵਾਲੇ ਕਲੀਰੇ ਦੇਖ ਸਕਦੇ ਹੋ, ਇਹ ਅੱਜ ਕੱਲ੍ਹ ਬਹੁਤ ਟ੍ਰੈਂਡ ਦੇ ਵਿੱਚ ਹੈ, ਪਰ ਕਿੰਨੇ ਸੋਹਣੇ ਹੈ, ਵੈਰੀ ਲਾਈਟ ਵੇਟ, ਹੀਵੀ ਦੀ ਕੈਰੀ, ਵੈਰੀ ਨਾਈਸ ਫੋਰ ਦਾ ਬ੍ਰਾਈਡ। ਕੋਈ ਭਾਅ ਜੀ, ਇਹ ਪੂਰਾ ਅੱਜ ਕੱਲ੍ਹ ਇਹ ਸੈੱਟ ਚੱਲ ਰਿਹਾ, ਇਹਨੂੰ ਮਾਈਆਂ ਦਾ ਸੈੱਟ ਕਹਿ ਦਿੰਦੇ ਹਾਂ, ਜਿਵੇਂ ਗੜਵੀ ਹੈ, ਇਹ ਪਾਣੀ ਵਾਰਨ ਲਈ ਚੱਲਦਾ ਜੀ, ਠੀਕ ਹੈ। ਇਹਦੇ ਵਿੱਚ ਹਲਦੀ ਬਟਨਾ ਪਾਉਣ ਲਈ ਚੱਲਦਾ ਜੀ, ਇੱਕ ਆਪਣੇ ਰੁੱਸਣ ਦੀ ਰਸਮ ਹੁੰਦੀ ਕਈਆਂ ਦੇ, ਉਹਦੇ ਵਾਸਤੇ ਦੁੱਧ ਪਿਲਾ ਕੇ ਮੁੰਡੇ ਨੂੰ ਪਿਲਾਉਂਦੇ ਜੀ, ਕੁੜੀ ਵਾਲਿਆਂ ਦੀ, ਇਹਦੇ ਵਿੱਚ ਹਲਦੀ ਪਾ ਕੇ ਰੱਖ ਲੈਂਦੇ ਹਾਂ ਜੀ, ਠੀਕ ਹੈ ਜੀ। ਇਹ ਤੇਲ ਚੋਲ ਲਈ ਕੀਤੀ ਹੈ ਭਾਅ ਜੀ, ਜਦੋਂ ਵੀ ਆਇਆ ਕੋਈ ਰਿਸ਼ਤੇਦਾਰ, ਤੇਲ ਚੋਲ ਲਈ ਚੱਲਦੀ ਹੈ ਜੀ। ਇਹ ਲੱਡੂ ਪਾਉਣ ਲਈ ਬੋਕਸ ਹੈ, ਓਕੇ, ਠੀਕ ਹੈ ਜੀ। ਇਹਦੇ ਵਿੱਚ ਆ ਥਾਲ, ਇਹਨੂੰ ਕਵਰ ਅਪ ਕਰਨ ਲਈ ਇੱਕ ਰੁਮਾਲ ਵੀ ਨਾਲ ਦੇ ਰਹੇ ਹਾਂ ਅਸੀਂ ਭਾਅ ਜੀ, ਸੇਮ ਮੈਚਿੰਗ ਸਾਰਾ ਕੁਛ ਮਿਲੇਗਾ ਜੀ, ਸਾਰਾ ਪ੍ਰੋਪਰ ਮੈਚਿੰਗ, ਜਿਵੇਂ ਮਰਜ਼ੀ ਕਸਟਮਰ ਇਹਨੂੰ ਕਸਟਮਾਈਜ਼ ਕਲਰ ਕਰਾ ਸਕਦਾ ਜੀ, ਕਲਰ ਵੀ ਸਾਡੇ ਕੋਲ ਸਾਰੇ ਆ ਰਹੇ ਜੀ। ਹਾਂਜੀ ਹਾਂਜੀ, ਨੋਰਮਲੀ ਅੱਜ ਕੱਲ੍ਹ ਹੈਂਡ ਵਰਕ 'ਚ ਹੀ ਚੱਲ ਰਹੇ ਜੀ, ਇਹ ਫੁਲਕਾਰੀਆਂ ਜਿਵੇਂ ਬਣ ਰਹੀਆਂ ਉਵੇਂ ਹੀ ਸਾਰੇ ਆਹ ਚੀਜ਼ਾਂ ਬਣ ਮੋਲੀਆਂ ਨੂੰ। ਆਹ ਦੇਖੋ ਇਹ ਥੈਲੀ ਹੈ, ਇਹ ਮਲਟੀਪਰਪਸ ਹੈ, ਤੁਸੀਂ ਡਰਾਈ ਫਰੂਟ ਪਾਓ ਜਾਂ ਜੋ ਵੀ ਇੱਦਾਂ ਪਾਓ, ਇਹ ਸਾਰਾ ਚੱਲਦਾ। ਇਹ ਪੂਰਾ ਸੈੱਟ ਇਹਨੂੰ ਮਾਈਆਂ ਦਾ ਸੈੱਟ ਕਹਿ ਕੇ ਅੱਜ ਕੱਲ੍ਹ ਬਾਜ਼ਾਰ 'ਚ ਵਿਕ ਰਿਹਾ ਚੱਲ ਰਿਹਾ, ਅਤੇ ਇਹਦੇ ਵਿੱਚ ਕੀ ਕਿ ਗਾਹਕ ਨੂੰ ਅਲੱਗ ਅਲੱਗ ਚੀਜ਼ ਲੈਣ ਦੀ ਲੋੜ ਨਹੀਂ, ਇੱਕੋ ਹੀ ਸੈੱਟ ਸਾਰਾ ਕਵਰ ਕਰ ਦਿੰਦੇ ਜੀ। ਇਹ ਸ਼ਗਨਾਂ ਦੇ ਲਿਫਾਫੇ ਆ ਦੇਖੋ ਜੀ, ਇਸੇ ਨਾਲ ਫੁਲਕਾਰੀ ਵਾਲੇ ਕਿੰਨੇ ਐਂਟੀਕ ਹੈ, ਇਹ
इस साढ़े को पर्स भी बन रहे हैं, ये स्लिंग पर्स बनवाया भाजी हूँ कि कहते शगन के लफाफे का सिर शगन के काम आने के बाद जिम्मे कुड़ी है भाई जिसनों आप गिफ्ट दे सकते हैं पंजाबी इवें आप शो करिए कि क्या दे पंजाब का ये पर्स है ना ये साइज का इशू है ठीक है जी कोई मर्जी साइज बच्चे दो वे दो मतलब लेडीज कैरी कर सकती है कितने भी यूज कर सकती है ना बजट से भी कुछ नहीं है भाई मीडियम हैंडमेड बड़ा सोहना शगन का लफाफा देख सकते हो अदर तरह की सिमीदार की देखो गोटा पत्ती वर्क किया होया ए फुलकारी टच है किन्नी सोहनी लगती है जो भाभी अपने द्योर दे अखा च सुरमा पाँदी तद है वैरायटी ऑफ सुरमेदानी तो अपनी आ गई जुगनी इट्स अ ट्रेडिशनल नेकलैस आप लेडी संगीत या फिर जागो नाइट पर प्रैफर करते हैं वेयर करना दीज आर डिफरेंट टाइप्स ऑफ पोटलीस ये देखना कुड़ियों लिए बहुत वधिया ऑप्शन है ये ड्रेसिस दे नाल कैरी करन नूं जिद्दां दी अपनी ड्रेस है आप उद्दां दी पोटली कैरी करदे आ पॉली वर्क हो गया गोटा पत्ती वर्क हो गया डिफरेंट डिफरेंट टाइप्स ऑफ पोटलीज इन्हां कोल होर भी वाइड वरायटी हैगी है पोटलीज दी सारियाँ पोटलियाँ दी वाइड रेंज है क्लच पर्सिस तुसीं देख सकदे हो क्लच पर्सिस मैरिजेज दे विच लेडी बेस्ट आइटम है कैरी करन लई फॉर ब्राइडल ऑल्सो सो दे हैव वाइड वरायटी ऑफ क्लच पर्सिस वाइड वरायटी ऑफ पोटलीज ढोलकी आ गई जी ढोलकी कितनी सोहनी सजी हुई है कितना सोहना उत्ते गोटा पत्ती का काम होया हुआ है पिंपोन्स लगे हुए ने लेस वर्क हुई हुई है प्रॉपर से कितनी सोहनी सजाई हुई है फॉर लेडी संगीत स्पेशली फॉर लेडी संगीत तो आई पक्की देख सकते हो फुलकारी मैच करके आप लै सकते हैं जागो नाइट पक्की दे बिना पक्या चलण तो बिना तो रही है तो इनफैक्ट यू आप फोटोशूट्स के भी आप यूज कर सकते हैं दे है वाइड वरायटी ऑफ परांदास देखो मिरर वर्क भी होया हुआ है सिंपल पंजाबी ट्रडिशनल परांदा भी है गोटा पत्ती वर्क वाला भी है हर तरह का परांदा इतने अवेलेबल है एट होलसेल प्राइस वी शुड भी देख सकते हो जिदा कि हो गया आर्टिफिशियल रानी हार दिस अ वेरी ट्रडिशनल जूली टू वेयर होर भी करो जागो नाइट तो आप सारिया आइटम्स वेयर कर सकते हैं बड़ी रॉयल लुक एड कर दो मेमिंग कैप्चर कुछ बार बड़ी रॉयल लुक एड कर सो वन के वेरी थैंक्स पर लाइट वेट तो ईजी टू कैन हाँ तुम देख सकते हो जागो ये बिना अपनी जागो नाइट अधूरी है जट्टा जोत जगा लै जागो ਕਿੰਨੀ ਸੋਹਣੀ ਜਾਗੋ ਰੈਡੀ ਕੀਤੀ ਹੋਈ ਹੈ ਆਹ ਦੇਖੋ ਯੂ ਹੈਵ ਵਾਈਡ ਵਰਾਇਟੀ ਆਫ ਜਾਗੋਸ ਤੁਸੀਂ ਵੇਚ ਸਕਦੇ ਹੋ ਅੱਜ ਕੱਲ੍ਹ ਬੈਟਰੀ ਵਾਲੀਆਂ ਆ ਗਈਆਂ ਜਾਗੋਸ ਅੱਗੇ ਸਿਰਫ ਦੀਵੇ ਵਾਲੀਆਂ ਆਉਂਦੀਆਂ ਸੀਗੀਆਂ ਅਤੇ ਉਹਦਾ ਆਪਾਂ ਨੂੰ ਡਰ ਵੀ ਕਿਸੇ ਨਾ ਕਿਤੇ ਹੁੰਦਾ ਸੀਗਾ ਕਿ ਆਪਣੇ ਸਿਰ 'ਤੇ ਨਾ ਡਿੱਗ ਪਵੇ ਜਾਂ ਇੱਦਾਂ ਦਾ ਕੁਛ ਨਾ ਹੋ ਜਾਵੇ ਬਟ ਅੱਜ ਕੱਲ੍ਹ ਆਹ ਦੇਖੋ ਬੈਟਰੀ ਅੰਦਰ ਲੱਗੀ ਹੋਈ ਹੈ ਐਂਡ ਇਟਸ ਵੈਰੀ ਈਜ਼ੀ ਟੂ ਕੈਰੀ ਫਰਾਮ वेलकमिंग ट्रे तुसी देख सकते हो गोटा पत्ती ते मिरर वर्क ना किन्नी सोहनी रेडी की हुई है नाल ये सिजर भी है एवरीथिंग आ देखें ये हैगी है लटकन नाल लगाए हुए है गोटा पत्ती वाले साइड ते दे हैव डिफरेंट टाइप्स ऑफ वेलकमिंग ट्रे सो वी कैन बाय दिस हुण आपां देखते हैं जी साही चिट्ठी विआह तो अपना साही चिट्ठी तो ही स्टार्ट हुंदा है जी उस तो बिना तो विआह की शुरुआत नहीं हुंदी सो कुड़ी वाले मुंडे वाले दे घरे लेके आंदे ने विआह दा सद्दा दिंदे ने उहदे विच सारी तरीक सब कुछ लिखिया हुंदा पुराने समय दे विच तां इनफैक्ट केसर नाल लिखदे हुंदे सी साही चिट्ठी बट अजकल मॉडर्न टाइम्स दे विच हुण इदां साउंड्स वालियां साही चिट्ठियां भी आउण लग गईआं ते अजकल तां मार्कर नाल ही लिखदे ने आ देखो साउंड वाली साही चिट्ठी तुसीं देख सकदे हो तीन सोहणी रेडी कीती हुई है जिवें दी तुसीं चाहो उदां दी रेडी करके दे सकदे हो आ देखो नीचे तुसीं अपना ड्राई फ्रूट वगैरह पा सकते इहदे च वी अदर टाइप्स दीआं क्वालिटीज़ है तो जिद्दां दी आपां नूं चाहीदी है आपां उदां दी इहनां तों बाय कर सकदे हो आ तुसीं देख सकदे हो डिफरेंट टाइप्स ऑफ चूड़ास हर ब्राइड दी अपनी अपनी पसंद हुंदी है तो यह हैगा अपना स्पेशल कुंदन चूड़ा बैंगल्स आपां अपनी पसंद दीआं पवा सकदे हां ते तुसीं कुंदन दीआं बैंगल्स देख सकदे हो किन्ना सोहणा कम कीता होया सिंपल एंड यूनीक ये आ गया अपना
राजवाड़ा स्टाइल चूड़ा, राजस्थानी चूड़ा भी इनू कह दें। ये दो तरह के डिजाइनस है, ये हैगा सिंपल चूड़ा तो ये कड़े आप एडजस्ट कर सकते हैं जिदा मर्जी। तो ये तीन प्रकार के कड़े है विद बैंगल्स के पर्ल वर्क भी होया हुआ, किन्ने सोहने चूड़े ने। दिस इज पंजाबी ट्रडिशनल चूड़ा जिदे देखो डॉट्स का काम होया हुआ, तो ये डोली वाला कड़ा भी पाया हुआ है, किन्ना सोहना लग रहा है, दिल कर रहा है दोबारा विआह करा लीए वही बंदे ना ते आही चूड़ा पा लीए, बहुत ही सोहना चूड़ा। तो होर भी इन्हां कोल वाइड वरायटी ऑफ चूड़ाज अवेलेबल ने। बाकी जे आप पिक वाला चूड़ा या नेम वाला चूड़ा भी कस्टमाइज कराना है तो आप ईजीली करवा सकते हैं, तो सारे अपन होलसेल प्राइसिस के उत्ते अवेलेबल होंगे। हाँ तुम स्लोगन देख सकते हो उत्ते पंजाबी लिखे विआह वाला घर। सो आप अगे तो घर हमेशा आप लाइट्स नाल ते फ्लावर्स नाल डेकोरेट करते सी, पर बट अजकल बहुत सोहनी चीज़ आई है पिमपोम्स नाल लिखा हुआ है पंजाबी दे विच इन अ वेरी ट्रडिशनल वे विआह वाला घर, वेरी नाइस। ये तुहानू कलर्स भी मिल जाएंगे बट दिस इज़ द बेस्ट कलर आई गैस। ये हैगे है जी सूट पैक करने वाले लफाफे। हुण विआहां दे विच आप अपने रिश्तेदारां नू आप अपने इनलॉज नू पेकियां नू जो भी आप सूट गिफ्ट करने हैं, अजकल बहुत सोहने सोहने लफाफे आए हुए ने। अगे तो सिर्फ ट्रांसपेरेंट लफाफे होंदे सी, तुसी देख सकते हो इन्हां कोल किन्ने अड अड टाइप्स के लफाफे ने। ईवन कि ट्रे पैकिंग्स भी इन्हां कोल अवेलेबल है, जिहदे विच आप सूट वगैरह प्रॉपरली पैक करके वी कैन गिफ्ट इट इन अ ट्रे, तो बड़ा ही अच्छा लगता है इन अ वेरी रॉयल लुक। तो अपनी हल्दी ट्रडिशनल नेकलेस एयररिंग्स तो टिक्के बिना हमेशा अधूरी है। सो कुड़ियां लई ये बहुत वधिया ऑप्शन है, इन्हां कोल बहुत तरह तरह के कलर कॉम्बीनेशन दे विच सारे अवेलेबल ने पैचेस, तो आप इन्हां तो लै सकते हैं। आ हैगी है जी चौंकी, चौंकी दे उत्ते बैठ के हल्दी वगैरह लगती है तो नाल ये फट्टा आंदा है। तो चौंकियाँ वैसे तो अड अड तरह दी आंदियां पर ये बड़ी प्यारी चौंकी, इहदे उपर मीनाकारी का काम किया हुआ है। इसे फट्टा फट्टे भी दो प्रकार के ने, आप जिहड़ा मर्जी ऑप्ट कर सकते हैं। देखो ये उपर भी गोटा पत्ती का काम होया हुआ है, लेस का काम होया हुआ है, हैंडमेड है भी। तो फट्टा आप कोई भी प्रैफर कर सकते हैं, वैसे तो ये सैट भी मिलता है, तो ये उपर प्रॉपर मीनाकारी का काम होया है, तो बहुत ही सोहनी चौंकी है। हाँ तुसी देख सकते हो जी पिटारा, देखो किन्ना सोहना फुलकारी दा किन्ना यूनीक जिहा है ये पिटारा। ये कुड़ियां दा सारा समान मेकअप दा कॉस्मेटिक दा पा के आपां दिंदे आ। अजकल तां किन्ने तरह के मेकअप बॉक्सिस चल पे पर इहदा मुकाबला कोई नहीं कर सकता। इहदे च भी वाइड वैरायटी है, आ देखो आ दूजी वैरायटी, इहते भी बड़ा सोहना काम होया हुआ है, तो अड अड टाइप्स के पिटारे है। ईवन कि वाइड रेंज ऑफ पिटाराज है इन्हां कोल, तुसीं देख सकते हो इत्थे आके। तो आ हैगा जी अपना मीनाकारी दा उही काम किया एंटीक जां जूलरी बॉक्स, ये इदा ओपन हुंदा है, तो इहदे विच आपां अपनी ट्रडिशनल जूलरी हर तरह की कैरी कर सकते हो, सो इट्स वेरी नाइस। आ तुसीं किरपाना भी देख सकते हो, ग्रूम लई किरपान किन्नी क जरूरी है ये तो आपां नूं पता ही है, तो तुसीं देख सकते हो इन्हां कोल किरपान भी अड अड तरह की है। ये उपर गोटा पत्ती का वर्क होया हुआ है, तो दिस इज़ इन रेड कलर, दिस इज़ वेरी यूनीक इन ब्राउन, तो डिज़ाइन देख सकते हो किन्ना डिफरेंट जो डिज़ाइन है। तो इन्हां कोल होर भी डिफरेंट टाइप्स ऑफ है ने, अगर इस तो बिना भी तुसीं ऑप्ट करना चाहते हो। आ तुसीं देख सकते हो किन्नी एंटीक किन्नी यूनीक किरपान, किरपाना बिना लाड़ा किन्ना अधूरा अधूरा जहा लगता है। सो देख सकते हो अड अड तरह दियाँ किरपाना, ये उपर गोटा पत्ती का काम होया हुआ है। सी दिस इज़ इन रेड कलर, वो अपने अचकन नाल जिहड़ा भी उहदे अकॉर्डिंगली मैच करनी है देखनी है उहदे अकॉर्डिंगली चॉइसिस लै सकते हो। आ तुसीं देख सकते हो इंगेजमेंट ट्रे किन्नी सोहनी डेकोरेट की हुई है, ये ब्राइड की रिंग, ये ग्रूम की रिंग एंड उपर लिखा हुआ है वी आर इंगेज, किन्नी सोहनी रेडी की हुई है। सो इनू आप इंगेजमेंट फंक्शन ती यूज कर सकते हैं। ये हैगे ने जी शगन पाउण लई अपनी झोली दे विच रखे जाते हैं ब्राइड तो ग्रूम की। देखो ये भी इन्हां कोल किन्ने किन्ने तरह दियां ने, वेरी नाइस। ये
ਗੋਲਡਨ ਕਲਰ ਦੀਆਂ, ਪਿੰਕ ਕਲਰ ਦੀਆਂ, ਰੈੱਡ ਦੇ ਵਿੱਚ ਹਰ ਤਰ੍ਹਾਂ ਦੀਆਂ ਅਵੇਲੇਬਲ ਨੇ ਜੀ। ਕੋਈ ਵਾਈਡ ਵਰਾਇਟੀ ਆਫ ਜੈਮਾਲਾਜ਼ ਹੈ, ਜਿੱਦਾਂ ਦੀ ਵੀ ਤੁਸੀਂ ਲਾਈਟ ਕਲਰ ਡਾਰਕ ਕਲਰ ਲੈਣਾ ਚਾਹੋ ਲੈ ਸਕਦੇ ਹੋ। ਵੈਸੇ ਤਾਂ ਫੁੱਲਾਂ ਦੀਆਂ ਜੈਮਾਲਾਜ਼ ਚੱਲਦੀਆਂ ਨੇ, ਪਰ ਉਹ ਸਮਟਾਈਮਸ ਤੁਹਾਡੇ ਡਰੈਸ ਨੂੰ ਹੈ ਨਾ ਖਰਾਬ ਕਰ ਦਿੰਦੀਆਂ, ਜਾਂ ਫਲਾਵਰਸ ਬੜੀ ਜਲਦੀ ਡਰਾਈ ਹੋ ਜਾਂਦੇ ਹਨ। ਸੋ ਅੱਜ ਕੱਲ੍ਹ ਸਾਰੇ ਲੋਕ ਮੋਸਟਲੀ ਡਰਾਈ ਜੈਮਾਲਾ ਹੀ ਪ੍ਰੈਫਰ ਕਰਦੇ ਨੇ। ਸਕਦੇ ਹੋ ਹਲਦੀ ਲਈ ਟਰੇ, ਹੁਣ ਹਲਦੀ ਇੰਨਾ ਇੰਪੋਰਟੈਂਟ ਆਪਣਾ ਫੰਕਸ਼ਨ ਹੈ, ਅਤੇ ਅੱਗੇ ਆਪਾਂ ਸਟੀਲ ਦੀਆਂ ਕੌਲੀਆਂ ਦੇ ਵਿੱਚ ਤਾਂ ਉੱਦਾਂ ਕਰਦੇ ਹਾਂ। ਅੱਜ ਕੱਲ੍ਹ ਕਿੰਨੀਆਂ ਡੈਕੋਰੇਟਿਵ ਅਤੇ ਸੋਹਣੀਆਂ ਟਰੇਜ਼ ਆਈਆਂ। ਆਹ ਦੇਖੋ, ਅੱਗੇ ਆਪਾਂ ਘਾਹ ਵੀ ਅਸਲੀ ਦਾ ਲੈਂਦੇ ਹਾਂ, ਅਤੇ ਇਸ ਵਾਰ ਉਹ ਵੀ ਵਿੱਚ ਡੈਕੋਰੇਟਿਵ ਟਾਈਪ 'ਚ ਆਇਆ ਪਲਾਸਟਿਕ ਦਾ, ਅਤੇ ਬੜੀ ਸੋਹਣੀ ਟਰੇ ਡੈਕੋਰੇਟ ਕੀਤੀ ਹੋਈ ਹੈ। ਇਨ ਲਵ ਵਿਦ ਇਟ। ਆਹ ਤੁਸੀਂ ਸਾਈ ਚਿੱਠੀ ਦੇਖ ਸਕਦੇ ਹੋ, ਕਿੰਨੀ ਯੂਨੀਕ ਜੀ ਹੈ। ਦਿਸ ਇਜ਼ ਰੋਲ ਵਾਲੀ ਸਾਈ ਚਿੱਠੀ, ਇਹਨੂੰ ਰੋਲ ਦੇ ਵਿੱਚੋਂ ਇੱਦਾਂ ਕਰਕੇ ਓਪਨ ਹੁੰਦੀ ਹੈ, ਅਤੇ ਕਿੰਨੀ ਸੋਹਣੀ ਸਾਈ ਚਿੱਠੀ ਹੈ। ਆਹ ਤੁਸੀਂ ਸਲੋਗਨਸ ਦੇਖ ਸਕਦੇ ਹੋ, ਜਿਹੜੇ ਕਿ ਵਿਆਹ 'ਚ ਬੜੇ ਇੰਪੋਰਟੈਂਟ ਨੇ। ਵੈਲਕਮ ਜੀਜੂ, ਜਦੋਂ ਆਪਾਂ ਉਹਨਾਂ ਤੋਂ ਸੀਜ਼ਰ ਨਾਲ ਵੈਲਕਮ ਕਰਵਾਉਣਾ ਹੁੰਦਾ, ਉਹ ਕੱਟ ਕੇ ਅੰਦਰ ਆਉਂਦੇ ਨੇ, ਤਾਂ ਉੱਥੇ ਆਪਾਂ ਇਹ ਸਲੋਗਨ ਯੂਜ਼ ਕਰ ਸਕਦੇ ਹਾਂ। ਅਤੇ ਹਲਦੀ ਦਾ ਸਲੋਗਨ ਤੁਸੀਂ ਦੇਖ ਸਕਦੇ ਹੋ, ਮਹਿੰਦੀ ਦਾ ਸਲੋਗਨ ਦੇਖ ਸਕਦੇ ਹੋ, ਕਾਈਟ ਦੇ ਵਿੱਚ ਕਿੰਨਾ ਵਧੀਆ ਡਿਪਿਕਟ ਕੀਤਾ। ਅਤੇ ਆਹ ਕਿੰਨਾ ਸੋਹਣਾ ਸਲੋਗਨ ਹੈ, ਨੋ ਐਂਟਰੀ ਸਾਲੀਆਂ ਔਨ ਡਿਊਟੀ। ਸੋ ਦੇਖੋ ਕਿੰਨੇ ਡਿਫਰੈਂਟ ਡਿਫਰੈਂਟ ਟਾਈਪਸ ਹੈ, ਤੁਹਾਨੂੰ ਆਹ ਰਿੰਗ ਬੋਕਸਿਸ, ਡੈਕੋਰੇਟਿਵ ਰਿੰਗ ਬੋਕਸਿਸ ਮਿਲ ਜਾਣਗੇ। ਇੱਕ ਮੈਂ ਤੁਹਾਨੂੰ ਦਿਖਾ ਚੁੱਕੀ ਹਾਂ, ਦੇਖੋ ਬਾਕੀ ਇਹਨਾਂ ਕੋਲ ਹੋਰ ਵੀ ਕਿੰਨੇ ਟਾਈਪਸ ਦੇ ਰਿੰਗ ਬੋਕਸਿਸ ਨੇ। ਮਾੜਾ ਤਾਂ ਬਈ ਲਾੜੇ ਦਾ ਵਿਆਹ ਸਾਨੂੰ ਗੋਡੇ ਗੋਡੇ ਚਾਹ ਸਿਹਰਿਆਂ ਤੋਂ ਬਿਨਾਂ ਅਧੂਰਾ ਹੁੰਦਾ। ਅਤੇ ਆਹ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਹਰ ਸਿਹਰੇ ਦੇ ਵਿੱਚ। ਇਹਦੇ ਵਿੱਚ ਪਰਲ ਵਰਕ ਹੋਇਆ ਹੋਇਆ, ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ, ਇਹਦੇ ਵਿੱਚ ਪਰਲ ਦੇ ਨਾਲ ਨਾਲ ਚੇਨ ਸੈੱਟ ਵੀ ਉਹਨਾਂ ਨੇ ਕੀਤੀ ਹੋਈ ਹੈ, ਅਤੇ ਹਰੇਕ ਦੇ ਉੱਪਰ ਇੱਕ ਅੱਡ ਅੱਡ ਡਿਜ਼ਾਈਨ ਹੈ। ਤੁਸੀਂ ਦੇਖ ਸਕਦੇ ਹੋ, ਦਿਸ ਇਜ਼ ਰੈੱਡ ਇਨ ਕਲਰ, ਦਿਸ ਇਜ਼ ਕ੍ਰੀਮ ਇਨ ਕਲਰ। ਜਿਵੇਂ ਦੀ ਅਚਕਨ ਹੋਏਗੀ, ਸ਼ੇਰਵਾਨੀ ਹੋਏਗੀ, ਉਹਦੇ ਨਾਲ ਬੰਦਾ ਮੈਚ ਕਰਕੇ ਲੈਂਦਾ ਹੈ। ਆਹ ਬਹੁਤ ਹੀ ਸੋਹਣਾ ਸਿਰ ਹੈ, ਰਾਜੇ ਮਹਾਰਾਜਿਆਂ ਦੇ ਟਾਈਮ ਦਾ। ਮਹਾਰਾਜਾ ਪਟਿਆਲਾ ਨੇ ਵੀ ਵਿਆਹ 'ਤੇ ਆਹੀ ਸਿਹਰਾ ਬੰਨਿਆ ਸੀ। ਸੋ ਇੱਦਾਂ ਦਾ ਦੇਖੋ ਲਾੜੇ ਲਈ ਤਿਆਰ ਹੋ ਕੇ ਆਇਆ। ਇਹਦੇ ਉੱਤੇ ਜਰੀ ਵਾਲਾ ਕੰਮ ਹੋਇਆ ਹੋਇਆ, ਤੁਸੀਂ ਦੇਖ ਸਕਦੇ ਹੋ ਕਿੰਨੀ ਬਰੀਕੀ ਨਾਲ, ਅਤੇ ਨਾਲ ਨਾਲ ਪਰਲ ਵਰਕ ਵੀ ਹੋਇਆ। ਬਹੁਤ ਹੀ ਸੋਹਣਾ ਸਿਰ ਹੈ, ਅਤੇ ਇਹਨਾਂ ਕੋਲ ਹੋਰ ਵੀ ਕਈ ਟਾਈਪਸ ਸਿਹਰੇ ਨੇ। ਆਹ ਦੇਖੋ ਵਾਈਡ ਵਰਾਇਟੀ ਆਫ ਸਿਹਰਾਜ ਨੇ। ਕਲਗੀਜ਼, ਦੇਖੋ ਡਿਫਰੈਂਟ ਟਾਈਪਸ ਆਫ ਕਲਗੀਜ਼। ਪੰਜਾਬੀ ਵਿਆਹ ਦੇ ਵਿੱਚ ਪੱਗ ਕਲਗੀ ਤੋਂ ਬਿਨਾਂ ਅਧੂਰੀ ਹੈ। ਇਹ ਇੱਕ ਰੋਇਲ ਲੁੱਕ ਦਿੰਦੀ ਹੈ, ਰਾਜੇ ਮਹਾਰਾਜਿਆਂ ਦੇ ਟਾਈਮ ਤੋਂ ਚੱਲਦੀ ਆ ਰਹੀ ਹੈ ਇਹ ਚੀਜ਼, ਅਤੇ ਅੱਜ ਤੱਕ ਵੀ ਕੰਟੀਨਿਊ ਹੋ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਲਗੀ ਵੀ ਬਹੁਤ ਅੱਡ ਅੱਡ ਪ੍ਰਕਾਰ ਦੀ ਹੈ। ਕਲਗੀ ਲਾਉਣ ਦਾ ਮੌਕਾ ਵੀ ਬੰਦੇ ਨੂੰ ਨਾ ਜ਼ਿੰਦਗੀ ਦੇ ਵਿੱਚ ਇੱਕ ਵਾਰ ਹੀ ਮਿਲਦਾ ਆਪਣੇ ਵਿਆਹ 'ਤੇ, ਅਤੇ ਬੰਦਾ ਚਾਹੁੰਦਾ ਹੀ ਹੈ ਕਿ ਮੈਂ ਸੋਹਣੀ ਤੋਂ ਸੋਹਣੀ ਕਲਗੀ ਲਾਵਾਂ ਜਿਹੜੀ ਮੇਰੇ ਸੂਟ ਹੋਵੇ। ਤਾਂ ਕਰਕੇ ਇਹ ਕਲਗੀਆਂ ਦੀ ਬੜੀ ਮਹੱਤਤਾ ਅਤੇ ਬਹੁਤ ਸੋਹਣੀ ਲੱਗਦੀ ਹੈ। ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਊਗੀ, ਅਤੇ ਜੇ ਕੋਈ ਵੀ ਵਿਆਹ ਦਾ ਜ਼ਰੂਰੀ ਸਮਾਨ ਸਾਡੇ ਤੋਂ ਮਿਸ ਹੋ ਗਿਆ ਹੋਵੇ, ਤੁਸੀਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਮੈਨਸ਼ਨ ਕਰਿਓ। ਅਤੇ ਇੱਥੇ ਖੰਨੇ ਦੀ ਹੱਟੀ ਚੂੜਾ ਬਾਜ਼ਾਰ ਵਿਖੇ ਜ਼ਰੂਰ ਵਿਜ਼ਿਟ ਕਰੋ, ਅਤੇ ਇੱਥੇ ਹਰ ਤਰ੍ਹਾਂ ਦਾ ਵਿਆਹ ਦਾ ਸਮਾਨ ਮਿਲਦਾ, ਅਤੇ ਐਟ ਹੋਲਸੇਲ ਪ੍ਰਾਈਸਿਸ। ਥੈਂਕ ਯੂ ਸੋ ਮੱਚ ਫੋਰ ਵਾਚਿੰਗ ਆ ਵੀਡੀਓ। ਸਤਿ ਸ਼੍ਰੀ ਅਕਾਲ ਜੀ।